ਬਣਾਇਆ ਗਿਆ ਔਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੂਰੇ ਪੰਜਾਬ ਤੋਂ ਉਭੜ ਕੇ ਲੋਕ ਦੇਖਣ ਵਾਸਤੇ ਆਏ ਔਰ ਸਮਾਜ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਔਰ ਲੋਕ 2022 ਦੇ ਵਿੱਚ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਔਰ ਲੋਕਾਂ ਨੇ ਭਰਵਾਂ ਜਿੱਤੇ ਹੁੰਗਾਰਾ ਦਿੱਤਾ ਭਰਵਾਂ ਸਵਾਗਤ ਕੀਤਾ ਮੈਂ ਸਮਝਦਾ ਕਿ ਅੱਜ ਦਾ ਦਿਨ ਬਹੁਤ ਮੁਬਾਰਕ ਦਿਨ ਹੈ। ਵੇਖਾ ਸਾਹਿਬ, ਕਿਤੇ ਨਾ ਕਿਤੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਦਾ ਦੱਸਿਆ ਜਾ ਰਿਹਾ ਸੀਗਾ, ਬਾਰ ਬਾਰ ਉਹਨੂੰ ਫਲੈਸ਼ ਵੀ ਕੀਤਾ ਜਾ ਰਿਹਾ ਸੀ, ਨਵਜੋਤ ਸਿੰਘ ਸਿੱਧੂ ਇੱਛੁਕ ਵੀ ਸੀਗੇ, ਲੇਕਿਨ ਅੱਜ ਤੁਹਾਡੇ ਵੱਲੋਂ ਜਿਹੜਾ ਦਿੱਤਾ ਬਈ ਅੱਜ ਅਗਲੇ ਜਿਹੜੇ ਤਾਂ ਨਹੀਂ ਰਹਿਣਗੇ 2022 ਬਈ ਅੱਜ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਔਰ ਉਹਨਾਂ ਦੀ ਅਗਵਾਈ ਅੰਦਰ ਇਲੈਕਸ਼ਨ ਲੜਿਆ ਜਾ ਰਿਹਾ, ਇਹ ਗੱਲ ਸੱਚ ਹੈ। ਡਾਕਟਰ ਸਾਹਿਬ, ਕੈਪਟਨ ਸਾਹਿਬ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਬਈ, ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕਾਂਗਰਸ ਨੇ ਬਹੁਤ ਲੰਬਾ ਸਮਾਂ ਉਹਨਾਂ ਨੂੰ ਇੱਜ਼ਤ ਮਾਨ ਸ਼ੋਹਰਤ ਬਖਸ਼ੀ ਹੈ ਅਤੇ ਉਹਨਾਂ ਨੂੰ ਜੇ ਕੋਈ ਗਲਤੀ ਵੀ ਹੋਈ ਹੈ ਸਾਡੇ ਲੋਕਾਂ ਕੋਲੋਂ ਥੋੜ੍ਹਾ ਬਹੁਤਾ ਉਹਨਾਂ ਨੂੰ ਗੁੱਸਾ ਵੀ ਹੈ ਅਤੇ ਉਹਨਾਂ ਨੂੰ ਗੁੱਸਾ ਛੱਡ ਕੇ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਔਰ ਜਿਹੜੀ BJP ਹੈ ਕਿਸਾਨ ਵਿਰੋਧੀ ਹੈ, ਕਿਸਾਨਾਂ ਦੀ ਕਾਤਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਔਰ ਬਹੁਤ ਸਾਰੇ ਜਿਹੜੇ ਕਿਸਾਨ ਹੈ ਆਤਮ ਹੱਤਿਆਵਾਂ ਕੀਤੀਆਂ, ਬਹੁਤ ਕਿਸਾਨਾਂ ਦੀਆਂ ਹੱਤਿਆਵਾਂ ਹੋਈਆਂ, ਮੇਰਾ ਖਿਆਲ ਹੈ ਕਿ BJP ਦਾ ਸਾਥ ਦੇਣ ਦਾ ਮਤਲਬ ਇਹ ਹੈ ਕਿ ਕਿਸਾਨਾਂ ਦੇ ਹਥਿਆਰਾਂ ਦੇ ਨਾਲ ਸਮਝੌਤਾ। ਬਈ ਮੈਂ ਤੁਹਾਨੂੰ ਕੀ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦੀ ਕਿਤੇ ਨਾ ਕਿਤੇ ਜਿਹੜੇ ਬਿਆਨ ਵੀ ਜਿਹੜੇ ਸਾਹਮਣੇ ਆ ਰਹੇ ਨੇ, ਕੁਛ 13 ਨੁਕਾਤੀ ਜਿਹੜੀ ਨਹੀਂ ਕੋਈ ਗੱਲ ਨਹੀਂ, ਉਹ ਨਾਰਾਜ਼ਗੀ ਦੂਰ ਕਰ ਲਈ ਗਈ ਹੈ। ਅੱਜ ਵੈਸ਼ਨੋ ਦੇਵੀ ਮੱਥਾ ਟੇਕਣ ਵਾਸਤੇ ਨਵਜੋਤ ਸਿੰਘ ਸਿੱਧੂ ਗਏ ਆ, ਉਹਦੇ ਬਾਅਦ ਉਹ ਆਪਣੀ ਪਾਰੀ ਸ਼ੁਰੂ ਕਰ ਦੇਣਗੇ ਔਰ ਕਾਂਗਰਸ ਪਾਰਟੀ ਯੂਨਾਈਟ ਰਹੇਗੀ। ਕੈਪਟਨ ਸਾਹਿਬ, ਅਗਰ ਪਾਰਟੀ ਬਣਾਉਂਦੇ ਆ ਤਾਂ ਕਾਂਗਰਸ ਨੂੰ ਨੁਕਸਾਨ ਹੋ? ਕਾਂਗਰਸ ਨੂੰ ਕਿਤੇ ਵੀ ਕੋਈ ਨੁਕਸਾਨ ਨਹੀਂ, ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਹੁਣ ਫਿਰ ਤੁਹਾਡੇ ਜਾ ਰਿਹਾ ਕਿ ਭਾਈ ਜਿਹੜੀ ਪੰਜਾਬ ਵਿਰੋਧੀ BJP ਹੈ ਉਹਨਾਂ ਨਾਲ ਸਮਝੌਤਾ ਨਾ ਕਰਨ, ਕਾਂਗਰਸ ਪਾਰਟੀ ਦਾ ਸਾਥ ਦੇਣ।